दीप दी मौत एक्सीडेंट च हुई है जां उन्हूं वाकई मरवाया गया? दीप सिद्धू नशा नहीं सी करता, पहली गल 100% ए बोतल मिली है जी, उन्हें नशा किया होया है जी, उन्हें आए सी जी, उन्हें नहीं ये सब बकवास। मैं तो ये जानता हूं भी दीप शराब नहीं पींदा सी, मैं बहुत रातां इक्को कमरे च कट्टियां, तुसी मेरे तो भी पहला तो दीप नूं जानते हो, थोड़े मुंहों मैं जानना चाहना दीप शराब पींदा सी? नहीं, बिल्कुल नहीं, कोई नशा नहीं सी करता, कोई नशा नहीं सी करता, बहुत वैल रेड मैन, फुल ऑफ एटिकेट्स। मेरे घर च जुत्ते ला के अंदर जाण दा रवाज उस इंसान ने शुरू किया सी, ਉਹ ਕਦੇ ਵੀ ਜੁੱਤੇ ਪਾ ਕੇ ਨਹੀਂ ਸੀਗਾ, ਉਹਨੇ ਅੰਦਰ ਵੜਨਸਾਰ ਮੇਰੇ ਕੁਰਸੀਆਂ ਪਈਆਂ ਨੇ, ਉੱਥੇ ਜੁੱਤੇ ਖੋਲ੍ਹ ਕੇ ਫਿਰ ਅੰਦਰ ਜਾਂਦਾ ਸੀ। ਐਂਡ ਪਰਿਵਾਰ 'ਤੇ ਵੀ ਅਸਰ ਹੋਇਆ ਇਸ ਗੱਲ ਦਾ? ਬਾਈ ਜੀ, ਪਰਿਵਾਰ ਮੇਰੇ ਨਾਲ ਹੈ, ਕਿਉਂ ਨਹੀਂ ਅਸਰ ਹੋਇਆ? ਤੁਹਾਡੀ ਵਾਈਫ, ਤੁਹਾਡੇ ਬੱਚੇ? ਹਾਂ, ਅਸੀਂ ਤਰਸਦੇ ਹਾਂ, ਅਸੀਂ ਗੱਲ ਕਰਦੇ ਹਾਂ ਅਕਸਰ ਉਹਦੀ, ਵੀ ਕਾਸ਼ ਉਹ ਇੱਥੇ ਹੁੰਦਾ। ਹਾਂ, ਉਹ ਕਾਰ ਚਲਾਉਂਦਾ ਸੀ, ਤੇਜ਼ ਚਲਾਉਂਦਾ ਸੀ, ਰੈਸ਼ ਚਲਾਉਂਦਾ ਸੀ, ਬਹੁਤ ਰੈਸ਼ ਕਾਰ ਚਲਾਉਂਦਾ ਸੀ, ਉਹ ਬਹੁਤ ਭਜਾਉਂਦਾ ਸੀ। ਅਕਸਰ ਕਹਿੰਦਾ ਸੀਗਾ ਉਹਦੇ ਜਿਹੜੀ ਉਹ ਸਪੋਰਟਸ ਕਾਰ ਹੈ, ਮੈਂ ਬਾਈ ਜੀ 9 ਘੰਟੇ 'ਚ ਬੰਬੇ ਤੋਂ ਦਿੱਲੀ ਆ ਗਿਆ, ਸੋ 180 'ਤੇ ਆਇਆ, 220 'ਤੇ ਲਾਤੀ ਅੱਜ, ਅਤੇ ਉਹਨੇ ਮੈਨੂੰ ਦੱਸਿਆ ਸੀ ਕਿ 242 ਕਿਲੋਮੀਟਰ ਦੀ ਸਪੀਡ 'ਤੇ ਆਪਣਾ ਜਹਾਜ਼ ਆ ਜਿਹੜਾ ਉਹ ਨੋਸ ਚੱਕ ਲੈਂਦਾ ਉਡਾਣ ਭਰਨ ਵਾਸਤੇ, ਟਾਇਰ ਮੁਰਲਾ ਚੱਕ ਲੈਂਦਾ। ਅਤੇ ਮੈਂ ਕਿਹਾ ਤੂੰ ਮੈਨੂੰ ਦੱਸਦਾ, ਜੇ ਇੰਨੀਆਂ ਸੋਹਣੀਆਂ ਸੜਕਾਂ ਨੇਗੀਆਂ, ਇੰਨਾ ਹੀ ਜੰਪ ਲੈਣਾ ਤਾਂ ਤੂੰ ਕਈ ਪਲਟੀਆਂ ਖਾ ਕੇ ਮਰਨਾ ਤੂੰ? ਅਤੇ ਨਹੀਂ ਨਹੀਂ ਕੁਛ ਨਹੀਂ ਹੁੰਦਾ। ਅਤੇ ਉਹ ਲੋਕਾਂ ਨੂੰ ਸਰ ਕਹਿੰਦਾ ਹੁੰਦਾ ਸੀ ਜ਼ਿਆਦੇ, ਮੈਨੂੰ ਹਮੇਸ਼ਾ ਵੀਰ ਜੀ ਕਹਿੰਦਾ ਹੁੰਦਾ ਸੀ। ਨਹੀਂ ਵੀਰ ਜੀ, ਐਂ ਨਹੀਂ ਹੁੰਦਾ ਹੁੰਦਾ, ਮੈਂ ਨਹੀਂ ਸੁਣਿਆ ਉਹਦੇ ਮੂੰਹੋਂ ਕਿਸੇ ਨੂੰ ਵੀਰ ਜੀ ਕਹਿੰਦਾ। ਤੁਹਾਨੂੰ ਦੀਪ ਨੇ ਸਵਾਲ ਕੀਤਾ ਬੀਜੇਪੀ ਕਿਉਂ ਜੁਆਇਨ ਕੀਤੀ? ਨੋ, ਕਦੇ ਨਹੀਂ ਪੁੱਛਿਆ? ਨੋ, ਕੋਈ ਲਾਂਭਾ ਨਹੀਂ? ਨੋ। ਲੋਕ ਕਹਿੰਦੇ ਆ ਦੀਪ ਬੀਜੇਪੀ ਦਾ ਉਹਦੇ 'ਤੇ ਦੋਸ਼ ਲੱਗੇ ਵੀ ਏਜੰਟ ਬਣਾ ਕੇ ਭੇਜਿਆ ਪੰਜਾਬ 'ਚ, ਫਿਰ ਅੰਮ੍ਰਿਤਪਾਲ ਆਉਂਦਾ, ਵੀ ਇਹ ਸਾਰਾ ਕੁਛ ਕੇਂਦਰ ਨੇ ਅਤੇ ਪਲਾਨ ਕੀਤਾ ਸੀਗਾ। ਲੋਕ ਬਹੁਤ ਕੁਛ ਕਹਿੰਦੇ ਨੇ, ਆਹ ਗੀਟੀਆਂ ਜੀਆਂ ਨੇ ਲੋਕ ਵਾੜਦੇ ਇਹਦੇ 'ਚ ਬਸ, ਜਾਂ ਪਤਾ ਨਹੀਂ। ਤੁਹਾਨੂੰ ਵੀ ਬਹੁਤ ਗਾਲ ਵਰੀ ਜਦੋਂ ਬੀਜੇਪੀ ਜੁਆਇਨ ਕਰਦੇ ਹੋ? ਯੈਸ, ਬਹੁਤ। ਕੀ ਡਿਫੈਂਸ ਹੈ ਉਹਦਾ ਫਿਰ? ਅੱਜ ਕਿੱਥੇ ਖੜ੍ਹੇ ਹੋ ਤੁਸੀਂ, ਨਾ ਕੋਈ ਤੁਹਾਡੀ ਸਰਗਰਮੀ ਨਜ਼ਰ ਆਉਂਦੀ ਹੈ, ਕਿਹੜਾ ਇਲੈਕਸ਼ਨ ਲੜਨਾ ਹੈ ਤੁਸੀਂ? ਸਰਗਰਮੀ ਹਜੇ ਭਾਰਤੀਆਂ ਨੂੰ ਤਾਂ ਦਿਸਦੀ ਹੈ, ਪੰਜਾਬੀਆਂ ਨੂੰ ਦੇਖਣ ਦੀ ਆਦਤ ਘੱਟ ਗਈ। ਸਰਗਰਮੀ ਮੇਰੀ ਪੂਰੀ ਹੈ, ਜੋ ਮੈਨੂੰ ਬੀਜੇਪੀ ਜਿੱਥੇ ਜਿੱਥੇ ਜੋ ਜੋ ਡਿਊਟੀ ਲਾਉਂਦੀ ਹੈ। ਮੈਂ ਇਲੈਕਸ਼ਨ ਲੜਨ ਵਾਸਤੇ ਨਹੀਂ ਆਇਆ, ਇਲੈਕਸ਼ਨ ਲੜਨ ਵਾਸਤੇ, ਇਲੈਕਸ਼ਨ ਲੜਨਾ ਕਿਉਂ ਆ? ਤਿੰਨ ਚੀਜ਼ਾਂ, ਪੈਸਾ, ਸ਼ੋਹਰਤ, ਲੋਕਾਂ 'ਚ ਜਾਣ ਪਛਾਣ, ਬਹੁਤ ਹੈ। ਇਹ ਗੱਲ ਤਾਂ ਭਗਵੰਤ ਮਾਨ ਵੀ ਕਹਿੰਦੇ ਵੀ 17 ਸਾਲ ਦੀ ਉਮਰ 'ਚ ਮੈਨੂੰ ਭਗਵੰਤ ਮਾਨ ਬਣਾਤਾ ਸੀ, ਮੈਨੂੰ ਕੀ ਲੋੜ ਸੀ। ਹਾਂ, ਉਹੀ ਗੱਲਾਂ ਤੁਸੀਂ ਕਰੀ ਜਾਂਦੇ, ਹੋ ਸਕਦਾ ਕੱਲ੍ਹ ਨੂੰ ਜੇ ਲੜਨਾ ਵੀ ਹੈ ਤਾਂ ਇਹਦੇ 'ਚ ਕੀ ਗਲਤ ਹੈ? ਨਹੀਂ, ਮੈਂ ਹਾਲੇ ਤੱਕ ਤਾਂ ਮੈਨੂੰ ਨਾ ਪਾਰਟੀ ਨੇ ਕਿਹਾ ਨਾ ਮੇਰੀ ਕੋਈ ਤਿਆਰੀ। ਕੱਲ੍ਹ ਨੂੰ ਤੁਹਾਨੂੰ ਕਹਿਣ ਵੀ ਆ ਜਾਓ ਭਾਈ ਪਟਿਆਲਿਓਂ ਜੈਇੰਦਰ ਕੌਰ ਦੀ ਥਾਂ 100% ਲੜੂੰਗਾ, ਤੁਹਾਨੂੰ ਲੈ ਆਉਣੇ 100% ਲੜੂੰਗਾ। ਮੈਂ ਬੀਜੇਪੀ ਜੁਆਇਨ ਕੀਤੀ ਹੈ ਸਰ, ਮੈਂ ਕੋਈ ਕ੍ਰਾਈਮ ਨਹੀਂ ਕੀਤਾ, ਮੈਂ ਬੀਜੇਪੀ ਜੁਆਇਨ ਕੀਤੀ ਹੈ। ਪਾਰਟੀ ਹੈ,